ਅਸਲਾਮ ਵਾਲੇਕੁਮ ਦੋਸਤੋ, ਤੁਹਾਡੇ ਨਾਲ ਇਸ ਵਕਤ ਇੱਕ ਸੈਲੈਬ੍ਰਿਟੀ ਇਸ ਵਕਤ ਖਲੋਤੇ ਨੇ, ਔਰ ਸਭ ਤੋਂ ਪਹਿਲੇ ਉਹਨਾਂ ਕੋਲੋਂ ਉਹਨਾਂ ਦਾ ਹੀ ਨਾਮ ਵੀ ਪੁੱਛਾਂਗੇ। ਬੱਬੂ ਬਰਾਲ ਸਾਹਿਬ ਨਾਲ ਉਹਨਾਂ ਦਾ ਰਿਲੇਸ਼ਨ ਹੈ, ਬਲੱਡ ਰਿਲੇਸ਼ਨ ਵੀ ਹੈ, ਔਰ ਇਹ ਉਹਨਾਂ ਦਾ ਗੈਟਅਪ ਤੁਸੀਂ ਦੇਖ ਰਹੇ ਹੋ ਮਾਸ਼ਾਅੱਲਾ। ਚਟਬਨ ਚੌੜ ਚਬਨ ਚਟਬਨ ਤੁਮ ਤੜਾਕ ਛੂ ਛੜਾ ਕਾ ਦਗੜਦਾ 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 ਆਕੜ ਦੇਣ ਤਾਂ ਆ। ਅਸਲਾਮ ਵਾਲੇਕੁਮ ਜੀ, ਮੈਂ ਚਾਂਦ ਬਰਾਲ, ਜੋਗੀ ਬਾਬਾ। ਬੱਬੂ ਸਾਹਿਬ ਕੇ ਸਾਥ ਮੇਰਾ ਰਿਲੇਸ਼ਨ ਇਹ ਹੈ ਕਿ ਉਹ ਮੇਰੇ ਉਸਤਾਦ ਥੇ ਔਰ ਮੇਰੇ ਮਾਮੂ ਥੇ। ਮਾਸ਼ਾਅੱਲਾ, ਬਹੁਤ ਜ਼ਬਰਦਸਤ। ਅੱਛਾ ਚਾਂਦ ਬਰਾਲ ਸਾਹਿਬ, ਤੁਹਾਡੇ ਕੋਲ ਮੈਂ ਇੱਕ ਚੀਜ਼ ਪੁੱਛਾਂਗਾ ਕਿ ਸਭ ਤੋਂ ਪਹਿਲੇ ਤਾਂ ਦੱਸੋ ਕਿ ਤੁਸੀਂ ਇੱਕ ਤਾਂ ਰਿਲੇਸ਼ਨ ਹੁੰਦਾ, ਉਸ ਵਜ੍ਹਾ ਤੋਂ ਬੰਦਾ ਹਿੱਟ ਹੋ ਜਾਂਦਾ ਜੀ, ਠੀਕ ਹੈ, ਅਤੇ ਦੂਸਰੀ ਫਿਰ ਬਾਅਦ ਲੋਕਾਂ ਦੀ ਆਪਣੀ ਮਿਹਨਤ ਹੁੰਦੀ ਹੈ, ਠੀਕ ਹੈ, ਫਿਰ ਬਾਅਦ ਲੋਕਾਂ ਨੂੰ ਦੁਆ ਹੁੰਦੀ ਹੈ, ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਅੱਜ ਇੱਕ ਸੈਲੈਬ੍ਰਿਟੀ ਬਣ ਗਏ ਹੋ ਬੜੇ ਛੋਟੇ ਟਾਈਮ ਦੇ ਵਿੱਚ, ਇਹਦੇ ਵਿੱਚ ਕੀ ਵਜ੍ਹਾ ਹੈ? ਸਰ, ਉਹ ਜਿਹੜੀ ਤੁਸੀਂ ਮਿਹਨਤ ਔਰ ਦੁਆ ਦੀ ਗੱਲ ਕੀਤੀ ਹੈ ਨਾ, ਇਹ ਮੈਂ ਸਮਝਦਾ ਵਾਂ ਕਿ ਹਾਂਡੀ ਦੇ ਵਿੱਚ ਸਾਰੇ ਮਸਾਲੇ ਪੂਰੇ ਹੀ ਹੋਣ ਤਾਂ ਫਿਰ ਹੀ ਉਹ ਇੱਕ ਭਰਪੂਰ ਅੱਛਾ ਔਰ ਮਜ਼ੇਦਾਰ ਸਾਲਣ ਬਣਦਾ। ਸੋ ਇਸੇ ਤਰ੍ਹਾਂ ਜ਼ਿੰਦਗੀ 'ਚ ਤੁਹਾਨੂੰ ਮਿਹਨਤ ਦੀ ਵੀ ਜ਼ਰੂਰਤ ਪੈਂਦੀ ਹੈ, ਦੁਆਵਾਂ ਦੀ ਵੀ ਜ਼ਰੂਰਤ ਪੈਂਦੀ ਹੈ, ਔਰ ਲਗਨ ਜਨੂਨ ਦੀ ਵੀ ਜ਼ਰੂਰਤ ਪੈਂਦੀ ਹੈ। ਸੋ ਮਿਹਨਤ, ਜਨੂਨ, ਲਗਨ, ਦੁਆ, ਅਦਬ, ਇਹਤਰਾਮ, ਇਹ ਸਾਰਾ ਕੁਝ ਹੋਏਗਾ ਤਾਂ ਯਕੀਨਨ ਤੁਸੀਂ ਇੱਕ ਅੱਛੇ ਇਨਸਾਨ ਵੀ ਬਣ ਸਕਦੇ ਹੋ, ਤੁਸੀਂ ਅੱਛੇ ਇੱਕ ਪਰਫਾਰਮਰ ਵੀ ਬਣ ਸਕਦੇ ਹੋ ਕਿਸੇ ਵੀ ਫੀਲਡ 'ਚ। ਅੱਛਾ, ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਬੜੇ ਵੱਡੇ ਵੱਡੇ ਨਾਂ ਸਨ, ਅਮਾਨੁੱਲਾ ਸਾਹਿਬ, ਬੱਬੂ ਬਰਾਲ ਸਾਹਿਬ, ਠੀਕ ਹੈ, ਉਸ ਤੋਂ ਬਾਅਦ ਫਿਰ ਹੋਰ ਬਹੁਤ ਸਾਰੇ ਨਾਮ ਆਏ, ਜ਼ਫਰੀ ਖਾਨ ਸਾਹਿਬ, ਠੀਕ ਹੈ, ਨਾਲ ਹੋਰ ਵੀ ਬਹੁਤ ਸਾਰੇ ਨਾਮ ਨੇ ਜਿਹੜੇ ਇਸ ਵੇਲੇ ਹੋ ਸਕਦਾ ਮੈਂ ਨਾ ਲੈ ਸਕਾਂ, ਅਤੇ ਤੁਸੀਂ ਕੀ ਸਮਝਦੇ ਕਿ ਜਿਹੜਾ ਸਟੇਜ ਦਾ ਫਿਊਚਰ ਹੈ ਇਸ ਤੋਂ ਬਾਅਦ, ਜਿਸ ਤਰ੍ਹਾਂ ਤੁਸੀਂ ਹੁਣ ਨਵੀਂ ਨਸਲ ਦੇ ਇੱਕ ਫਨਕਾਰ ਹੋ, ਆਰਟਿਸਟ ਹੋ, ਸਹੀ ਹੈ, ਅਤੇ ਨਵੀਂ ਨਸਲ ਦੇ ਵਿੱਚ ਇਸ ਤਰ੍ਹਾਂ ਦੇ ਹੈ ਨਹੀਂ ਸਟਾਰ ਜਿਹੜੇ ਅੱਗੇ ਜਾ ਕੇ ਇਸ ਸਟੇਜ ਨੂੰ ਪੰਜਾਬੀ ਕੌਮੇਡੀ ਨੂੰ ਜ਼ਿੰਦਾ ਰੱਖ ਸਕਦੇ ਨੇ ਪੰਜਾਬ ਦੇ ਹਵਾਲੇ ਨਾਲ? ਮੈਂ ਸਮਝਣਾ ਵਾਂ ਕਿ ਤੁਹਾਡਾ ਸਵਾਲ ਬਹੁਤ ਅੱਛਾ ਹੈ। ਮੈਂ ਸਮਝਣਾ ਵਾਂ ਕਿ ਅਗਰ ਕੋਈ ਸਿੱਖਣ ਦੇ ਅਮਲ 'ਚ ਗੁਜ਼ਰੇਗਾ, ਔਰ ਉਹੀ ਗੱਲ ਹੈ ਕਿ ਅਦਬ ਇਹਤਰਾਮ ਨੂੰ ਰੱਖੇਗਾ ਨਾਲ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਯਕੀਨਨ ਉਹ ਕਾਮਯਾਬ ਹੋ ਸਕਦਾ। ਔਰ ਕੋਈ ਵੀ ਦੌਰ ਐਸਾ ਨਹੀਂ ਕਿ ਜਿਹਦੇ 'ਚ ਫਨਕਾਰ ਨਾ ਪੈਦਾ ਹੋਇਆ ਹੋਵੇ। ਸੋ ਅੱਛਾ ਫਨਕਾਰ ਬਣ ਸਕਦੇ ਨੇ, ਕਿਉਂ ਨਹੀਂ ਬਣ ਸਕਦੇ? ਅੱਛਾ, ਤੁਹਾਡੇ ਨਾਲ ਇੱਕ ਕੁਐਸਚਨ ਇਹ ਹੈ ਕਿ ਜਿਸ ਤਰ੍ਹਾਂ ਚੜ੍ਹਦਾ ਪੰਜਾਬ ਹੈ, ਜਿਹਨੂੰ ਤੁਸੀਂ ਭਾਰਤੀ ਪੰਜਾਬ ਆਖਦੇ ਹੋ, ਸਹੀ ਹੈ, ਉੱਥੇ ਵੀ ਬਹੁਤ ਸਾਰੇ ਕੋਮੇਡੀਅਨਸ ਹੈ ਨੇ, ਠੀਕ ਹੈ, ਲੇਕਿਨ ਕੋਮੇਡੀ ਦੇ ਵਿੱਚ ਜਿਹੜਾ ਕਿਰਦਾਰ ਪਾਕਿਸਤਾਨ ਦਾ, ਜਿਹੜਾ ਪੰਜਾਬ ਹੈ ਜਿਹਨੂੰ ਲਹਿੰਦਾ ਪੰਜਾਬ ਅਸੀਂ ਆਖਦੇ ਹਾਂ, ਉਹਦੇ ਇੱਕ ਆਰਟਿਸਟ ਨੇ, ਠੀਕ ਹੈ, ਉਹਨਾਂ ਦੇ ਜਿਤਨੀ ਕੋਮੇਡੀ ਉਹਨਾਂ ਦੀ ਹਿੱਟ ਹੈ, ਮਸ਼ਹੂਰ ਹੈ, ਉਨੀ ਉੱਥੇ ਵੀ ਨਹੀਂ ਹੈ, ਇਹਦੇ 'ਚ ਕੀ ਵਜ੍ਹਾ ਹੈ? ਹਾਲਾਂਕਿ ਉਹ ਵੀ ਪੰਜਾਬ ਹੈ, ਇਹ ਵੀ ਪੰਜਾਬ ਹੈ। ਦੇਖੋ, ਇਹ ਸਾਡੇ ਪੰਜਾਬ ਦਾ ਇੱਕ ਇਹ ਵੇ ਕਿ ਇੱਥੇ ਦੇ ਰੀਤੀ ਰਿਵਾਜ਼ ਜਿਹੜੇ ਨੇ ਨਾ, ਔਰ ਜਿਹੜੀ ਇੱਥੇ ਦੀ ਮਿੱਟੀ ਹੈ, ਇਹ ਵਾਕਈ ਬੜੀ ਜ਼ਰਹੇਜ਼ ਹੈ, ਔਰ ਇਹਨੇ ਬਹੁਤ ਬਹੁਤ ਵੱਡੇ ਫਨਕਾਰ ਪੈਦਾ ਕੀਤੇ ਨੇ, ਔਰ ਮੈਂ ਸਮਝਦਾ ਵਾਂ ਕਿ ਉੱਥੇ ਵੀ ਬਹੁਤ ਬੜੇ ਅੱਛੇ ਫਨਕਾਰ ਨੇ, ਔਰ ਉਹ ਆਪਣੇ ਕਲਚਰ ਦੇ ਹਿਸਾਬ ਨਾਲ, ਜਿਹੜੀ ਉਹਨਾਂ ਦੀਆਂ ਰਵਾਇਤ ਨੇ ਉਹਦੇ ਹਿਸਾਬ ਨਾਲ, ਬੇਸ਼ੱਕ ਉਹ ਵੀ ਬਹੁਤ ਹੀ ਅੱਛੀ ਕੋਮੇਡੀ ਕਰਨ ਵਾਲੇ ਲੋਕ ਨੇ, ਔਰ ਬੜੇ ਬੜੇ ਆਲਾ ਕਿਸਮ ਦੇ ਉੱਥੇ ਨਾਮ ਨੇ, ਜਿਸ ਤਰ੍ਹਾਂ ਮੈਨੂੰ ਘੁੱਗੀ ਭਾਅ ਜੀ ਨੇ, ਫਿਰ ਕਪਿਲ ਸ਼ਰਮਾ ਸਾਹਿਬ ਨੇ ਜਿਹੜੇ ਕਿ ਉਸ ਪੰਜਾਬ ਦੇ ਨੇ, ਔਰ ਇਹਨਾਂ ਸਭ ਨੇ ਬੜਾ ਨਾਮ ਪੈਦਾ ਕੀਤਾ ਹੈ। ਹੋਰ ਵੀ ਬਹੁਤ ਸਾਰੇ ਫਨਕਾਰ ਨੇ ਜਿਹੜੇ ਆਰਟਿਸਟ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਦਾ ਜਾਂ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ, ਲੇਕਿਨ ਜੁਗਤ ਹੋ ਗਈ ਜਾਂ ਇਸ, ਔਰ ਜੁਗਤ ਜਿਹੜਾ ਉਹ ਖਾਸ ਹੈ ਇੱਥੇ ਦਾ ਇੱਕ, ਚੂੰਕਿ ਸਾਡਾ ਜਿਹੜਾ ਕਲਚਰ ਹੈ ਔਰ ਸਾਡੀ ਜਿਹੜੀ ਰਵਾਇਤ ਨੇ ਨਾ, ਰਵਾਇਤ ਨੇ ਜਿਹੜੀਆਂ, ਉਹਦੇ 'ਚ ਜੁਗਤ ਜਿਹੜੀ ਉਹ ਖੁਦ ਬਖੁਦ ਪੈਦਾ ਹੋਈ। ਅੱਛਾ, ਜੇ ਤੁਸੀਂ ਕੀ ਸਮਝਦੇ ਹੋ, ਹੁਣ ਮੈਂ ਤੁਹਾਨੂੰ ਜੁਗਤ ਕਰਾਂ ਕਿ ਮਾਸ਼ਾਅੱਲਾ ਤੁਹਾਡਾ ਮੂੰਹ ਇਸ ਤਰ੍ਹਾਂ ਮੈਨੂੰ ਲੱਗ ਰਿਹਾ ਹੈ ਕਿ ਜਿਵੇਂ ਥੈਲੇ 'ਚ ਬਿੱਲੀ ਬਾਹਰ ਆਈ, ਇੱਜ਼ਤ ਚੰਗੀ ਹੋ ਗਈ। ਅੱਛਾ, ਇਹ ਦੱਸੋ ਕਿ ਜਿਸ ਤਰ੍ਹਾਂ ਹੁਣ ਇੱਕ ਬੜੀ ਅੱਛੀ ਰਵਾਇਤ ਪਈ ਹੈ ਕਿ ਚੜ੍ਹਦਾ ਤੇ ਲਹਿੰਦਾ ਪੰਜਾਬ ਵਾਲੇ ਜਿਹੜੇ ਲੋਕ ਨੇ, ਆਰਟਿਸਟ ਨੇ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ, ਜਿਸ ਤਰ੍ਹਾਂ ਇੱਕ ਚੱਲ ਮੇਰਾ ਪੁੱਤ ਇੱਕ ਮੂਵੀ ਆਈ ਸੀ, ਸਹੀ ਹੈ, ਬਦਕਿਸਮਤੀ ਨਾਲ ਇੱਥੇ ਨਹੀਂ ਚੱਲ ਸਕੀ, ਲੇਕਿਨ ਇੱਕ ਬੜੀ ਅੱਛੀ ਰਵਾਇਤ ਪਈ ਹੈ ਕਿ ਉੱਥੇ ਦੇ ਜਿਹੜੇ ਫਨਕਾਰ ਨੇ ਇੱਥੇ ਦੇ ਫਨਕਾਰਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ, ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਦਾ ਟ੍ਰੈਂਡ ਹੈ? ਦੂਸਰਾ ਫਿਰ ਤੁਸੀਂ ਕੀ ਸਮਝਦੇ ਹੋ ਕਿ ਹੋਰ ਆਰਟਿਸਟਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ? ਬਿਲਕੁਲ ਮਿਲਣਾ ਚਾਹੀਦਾ, ਔਰ ਇਕੱਠਿਆਂ ਕੰਮ ਕਰਨਾ ਚਾਹੀਦਾ। ਉਹਦੀ ਵਜ੍ਹਾ ਇਹ ਵੇ ਕਿ ਫਨੋ ਫਨਕਾਰੀ ਨੂੰ ਅਗਰ ਪ੍ਰਵਾਨ ਚੜ੍ਹਾਉਣਾ ਹੈ ਤਾਂ ਉਹਦੇ 'ਚ ਤੁਹਾਨੂੰ ਨਵੇਂ ਤਜਰਬਾਤ ਵੀ ਕਰਨੇ ਪੈਂਦੇ ਨੇ ਔਰ ਨਵੀਆਂ ਚੀਜ਼ਾਂ ਐਡ ਕਰਨੀਆਂ ਪੈਂਦੀਆਂ ਨੇ। ਔਰ ਦੇਖੋ ਨਾ, ਤੁਸੀਂ ਖੁਦ ਦੇਖੋ ਕਿ ਜਿਹੜੀ ਇਹ ਚੱਲ ਮੇਰਾ ਪੁੱਤ ਫਿਲਮ ਜਿਹੜੀ ਇੱਥੇ ਰਿਲੀਜ਼ ਨਹੀਂ ਹੋ ਸਕੀ, ਲੋਕਾਂ ਨੇ ਉਹਨੂੰ ਬੜਾ ਮਿਸ ਕੀਤਾ ਹੈ, ਕਿਉਂਕਿ ਉਹਦੇ 'ਚ ਸਾਡੇ ਪਾਕਿਸਤਾਨੀ ਆਰਟਿਸਟ ਵੀ ਕੰਮ ਕਰ ਰਹੇ ਸਨ। ਠਾਕੁਰ ਸਾਹਿਬ ਸਨ ਉਹਦੇ 'ਚ, ਨਾਸਰ ਚਨਿਓਟੀ ਸਾਹਿਬ ਸਨ, ਅਕਰਮ ਉਦਾਸ ਸਾਹਿਬ ਸਨ, ਅਤੇ ਹੁਣ ਮੇਰਾ ਹਾਲੇ ਚੱਲ ਮੇਰਾ ਪੁੱਤ ਪਾਰਟ 2 ਵੀ ਅੱਗੇ ਬਣਨ ਜਾ ਰਹੀ ਹੈ, ਠਾਕੁਰ ਸਾਹਿਬ ਔਰ ਰੂਬੀ ਅਨਮ ਸਾਹਿਬਾ ਦਾ ਇਜ਼ਾਫਾ ਹੈ ਇਹਨਾਂ ਤਿੰਨਾਂ ਲੋਕਾਂ ਦੇ ਇਲਾਵਾ। ਸੋ ਇਹ ਫਨੋ ਫਨਕਾਰੀ ਨੂੰ ਅੱਗੇ ਵਧਾਉਣ ਨਾਲ ਪਿਆਰ ਮੁਹੱਬਤ ਹੀ ਵਧੇਗਾ, ਇਹਦੇ ਨਾਲ ਕੋਈ ਇਹ ਨਹੀਂ ਹੋਏਗਾ ਕਿ ਕੋਈ ਲੜਾਈ ਝਗੜਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ। ਅੱਛਾ, ਤੁਹਾਡੇ ਫੈਨ ਜਿਹੜੇ ਨੇ, ਕਿਉਂਕਿ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖਦੇ ਰਹਿੰਦੇ ਹਾਂ, ਬਹੁਤ ਜ਼ਿਆਦਾ ਜਿਹੜੇ ਸਾਡੇ ਮੇਰੇ ਸਿੱਖ ਭਰਾ ਨੇ ਬਹੁਤ ਜ਼ਿਆਦਾ ਉਹ ਫੈਨ ਨੇ ਚੜ੍ਹਦੇ ਪੰਜਾਬ ਵਾਲੀ ਸਾਈਡ ਤੋਂ, ਉੱਧਰ ਮੌਕਾ ਮਿਲਿਆ ਜਾਣ ਦਾ ਜਾਓਗੇ ਬੁਲਾਉਣਗੇ ਤੇ? ਜ਼ਰੂਰ ਜਾਵਾਂਗੇ ਇਨਸ਼ਾਅੱਲਾ ਤਾਲਾ। ਉਹ ਦੇਖੋ ਨਾ, ਇੱਕ ਮੌਕਾ ਬਣਿਆ ਅਤੇ ਕਰਤਾਰਪੁਰ ਦੀ ਰਾਹਦਾਰੀ ਖੁੱਲ੍ਹੀ ਹੈ, ਜਿਹਦੀ ਕਿ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ, ਕਿਉਂਕਿ ਜਿਹੜੇ ਜਿਤਨੇ ਸਾਡੇ ਸਿੱਖ ਬਰਾਦਰੀ ਦੇ ਭਰਾ ਲੋਕ ਨੇ,
ਉਹ ਸਾਰੇ ਇੱਥੇ ਆਏ ਨੇ ਤੇ ਉਹਨਾਂ ਨੂੰ ਇਤਨੀ ਖੁਸ਼ੀ ਹੋਈ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਇਤਨੀ ਖੁਸ਼ੀ ਹੋਈ ਹੈ ਕਿ ਪਤਾ ਨਹੀਂ ਯਾਰ ਇਹ ਕਿਤਨਾ ਮਿਸ ਕਰ ਰਹੇ ਸਨ ਉਸ ਚੀਜ਼ ਨੂੰ ਜਿਹੜੀ ਕਾਫੀ ਸਾਲਾਂ ਤੋਂ ਨਹੀਂ ਸੀ ਹੋ ਪਾਈ। ਸੋ ਇਹ ਪਿਆਰ ਮੁਹੱਬਤ ਦੇ ਜਿਹੜੇ ਰਸਤੇ ਨੇ ਇਹ ਬਣਨੇ ਚਾਹੀਦੇ ਨੇ, ਰਾਹਦਾਰੀਆਂ ਮੁਹੱਬਤ ਦੀਆਂ, ਪਿਆਰ ਦੀਆਂ, ਖਲੂਸ ਦੀਆਂ ਰਾਹਦਾਰੀਆਂ ਖੁੱਲਣੀਆਂ ਹੀ ਚਾਹੀਦੀਆਂ। ਅੱਛਾ, ਜਾਂਦੇ ਜਾਂਦੇ ਇੱਕ ਲਾਸਟ ਆਖਰੀ ਮੇਰਾ ਸਵਾਲ ਇਹ ਵੀ ਹੈ ਕਿ ਚੜ੍ਹਦੇ ਪੰਜਾਬ ਦੇ ਵਿੱਚ ਉੱਥੇ ਪੰਜਾਬੀ ਜ਼ਬਾਨ ਨੂੰ ਸਰਕਾਰੀ ਜ਼ਬਾਨ ਦਾ ਦਰਜਾ ਹੈ, ਲੇਕਿਨ ਇੱਥੇ ਪੰਜਾਬੀ ਜ਼ਬਾਨ ਨੂੰ ਸਿਰਫ ਸਰਕਾਰੀ ਕੀ ਸਕੂਲਾਂ ਦੇ ਵਿੱਚ ਇੱਥੇ ਤਿਕਰ ਕੇ ਬੱਚਿਆਂ ਨੂੰ ਕੱਢ ਦਿੱਤਾ ਜਾਂਦਾ ਹੈ ਅਗਰ ਉਹ ਪੰਜਾਬੀ 'ਚ ਗੱਲ ਕਰਦੇ ਨੇ? ਨਹੀਂ, ਇੱਥੇ ਕਿਸੇ ਲੈਵਲ 'ਤੇ ਜਾ ਕੇ ਪੰਜਾਬੀ ਜਿਹੜੀ ਹੈ ਉਹਨੂੰ ਤੁਸੀਂ ਅਡੋਪਟ ਕਰ ਸਕਦੇ ਹੋ, ਉਹਨੂੰ ਸਿੱਖ ਸਕਦੇ ਹੋ ਔਰ ਉਹਦੇ 'ਤੇ ਕੋਰਸ ਵੀ ਕਰ ਸਕਦੇ ਹੋ। ਓਵਰਆਲ ਚੂੰਕਿ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਕਿਹਾ ਜਾਂਦਾ ਕਿ ਕੌਮੀ ਜ਼ਬਾਨ ਜਿਹੜੀ ਹੈ ਸਾਡੀ ਉਹ ਉਰਦੂ ਹੈ, ਅਤੇ ਉਰਦੂ ਇੱਥੇ ਪੜ੍ਹਾਈ ਵੀ ਜਾਂਦੀ ਹੈ ਔਰ ਸਮਝੀ ਵੀ ਜਾਂਦੀ ਹੈ, ਬੋਲੀ ਵੀ ਜਾਂਦੀ ਹੈ, ਅਤੇ ਪੰਜਾਬੀ ਜਿਹੜੀ ਉਹ ਖਾਸ ਚੂੰਕਿ ਇੱਕ ਪੰਜਾਬ ਦਾ ਹਾਸਾ ਹੈ, ਸੋ ਪੰਜਾਬੀ ਦੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਪੂਰੀ ਦੁਨੀਆ ਦੇ ਵਿੱਚ ਅਸੀਂ ਹੈ ਜੂ ਹਾਂ ਅੱਲਾ ਦੀ ਮਿਹਰਬਾਨੀ ਦੇ ਨਾਲ ਔਰ ਅਸੀਂ ਪੰਜਾਬੀ ਦੇ ਨਾਲ ਰਹਾਂਗੇ। ਵੈਸੇ ਮੈਂ ਤੁਹਾਨੂੰ ਦੱਸਦਾ, ਪੰਜਾਬ 60% ਮੁਲਕ ਦੀ ਆਬਾਦੀ ਪੰਜਾਬ ਹੈ ਔਰ ਜਿਹੜੀ ਕੌਮ ਹੁੰਦੀ ਹੈ ਉਹਦੀ ਜਿਹੜੀ ਆਪਣੀ, ਕਿਉਂਕਿ ਇੱਕ ਪੰਜਾਬੀ ਨੇਸ਼ਨ ਜਿਹੜੀ ਹੈ ਪੰਜਾਬ ਕੌਮ ਹੈ, ਉਹਨਾਂ ਦੀ ਪੰਜਾਬੀ ਜ਼ਬਾਨ ਹੈ, ਸਹੀ ਹੈ? ਜਿਸ ਤਰ੍ਹਾਂ ਹੁਣ ਖੈਬਰ ਪਖਤੂਨਖਵਾ ਹੈ ਉਹਨਾਂ ਦੇ ਸਕੂਲਾਂ ਦੇ ਵਿੱਚ ਜਾਂ ਉੱਥੇ ਉਹਨਾਂ ਦੀ ਜਿਹੜੀ ਕੌਮੀ ਜ਼ਬਾਨ ਹੈ ਪਸ਼ਤੋ ਹੈ ਔਰ ਸਿੰਧ ਵਿੱਚ ਸਿੰਧੀ ਹੈ, ਲੇਕਿਨ ਪੰਜਾਬ ਦੇ ਵਿੱਚ ਪੰਜਾਬੀ ਹਜੇ ਤੀਕਰ ਜਿਹੜੀ ਉਹ ਸਕੂਲਾਂ ਤੋਂ ਬਾਹਰ ਹੈ ਔਰ ਹਾਲਾਂਕਿ ਪ੍ਰਾਇਮਰੀ ਤੀਕਰ ਉਹਨਾਂ ਨੇ ਆਰਡਰ ਵੀ ਕੀਤਾ ਹੋਇਆ ਅਦਾਲਤ ਹੋਣੀ ਚਾਹੀਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹੋਣੀ ਚਾਹੀਦੀ ਹੈ। ਔਰ ਅਗਰ ਕਿਸੇ ਵਜ੍ਹਾ ਤੋਂ ਨਹੀਂ ਹੋ ਰਹੀ ਤਾਂ ਮੇਰਾ ਖਿਆਲ ਹੈ ਕਿ ਜਿਹੜੇ ਜਿਨ੍ਹਾਂ ਲੋਕਾਂ ਕੋਲ ਇਖਤਿਆਰ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਇਨ ਪੰਜਾਬੀ। ਸਰ ਤੁਹਾਡਾ ਮੰਤਰ ਲੈਂਦੇ ਜਾਂਦੇ ਅਗਰ ਚਟਪਨ ਚੌੜ ਚਪਨ ਜਟਪਨ ਤੁਮ ਤੜਾਕ ਛੂੰ ਛੜਾਕਾ ਦਾਗੜਦਾ 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 ਆਕੜ ਦਿਨ ਤਖਰੀਆਂ ਬੋਤਲਾਂ ਖਰੀਆਂ ਬੋਤਲਾਂ ਸੁੱਚੀਆਂ ਬੋਤਲਾਂ ਆ ਇਹ ਕੁਲ ਸੁਣਨੀ ਮੈਨੂੰ ਭੂਤ ਪਾਤ ਪਿੰਡ ਤੁਰਪਤ ਸੁਨਾ ਰਲ ਮਿਲ ਕੇ ਸਬਰ ਐਣ ਗਾਣੇ ਦੀ ਚਲ ਜਾ ਭੁੰਨਾ ਤੁਰਕ ਤੁਟਕ ਦਿਨ ਜੰਡੇ ਸ਼ਾਹ ਬਾਈ ਤੁਟਕ ਤੁਟਕ ਦਿਨ ਜੰਡੇ ਸ਼ਾਹ ਦਾ ਤਿਰਕਟ ਦਾ ਤਿਰਕਟ ਦਾ ਤਿਰਕਟ ਆ ਬਹੁਤ ਮਿਹਰਬਾਨੀ।